तीन बच्चे थे गे खत्म हो गया थे गा गुड्डी भी मेरी भोली है काका भी मेरा भोला। बस वो कहना भी मैं क्या कर दूंगा तेनू 2 लाख रुपया दे दे। अच्छा। ओ मेरे रुपये सारा कुछ करता उन्हें। तीन बच्चे थे एक तो मुक गया थे गुड्डी भी मेरी भोली है काका भी मेरा भोला। अच्छा हाँ कौन कौन रहा हूं जमीन जमून का मसला की मामला ठगी मार ली जी भतीजे ने भोले थे सारी बेबे जी सारी गल बात सारी दस सानू तू फिर सारी गल दस कितो शुरू हुई किवें हुई किवें ठगी बच्ची। हां तो तू दस दे कोई चक्कर नहीं। चार कनाल अंदर रौला थी जी साडे इथे। अच्छा ते ओ कहना के मैं झगड़ के दे दूं थोनो। अच्छा ओ कहता भी मैं झगड़दा के हां भी मदद करू तेरी कहना। हां मदद करूंगा करदा थी जांदा ही तरीक करते। कौन सी ओ मेरा भतीजा थीगा भोला से ते निर्मल ओदा साला। अच्छा कितो रिया ओ ओदा गिद्दड़ांदा हैगा। बस ओ कहना भी मैं झगड़ लूंगा तेनू 2 लाख रुपया दे दे। अच्छा ओ मेरे रुपये सारा कुछ करता उन्हें। अच्छा हाँ ते फिर ओने ठगी फिर तेरे नाल किवें मारी। ओने मुख्तियारनामा ले लिया जी। तेथों मुख्तियारनामा भी ले गया। हाँ अच्छा फिर मुख्तियारनामा उन्हें किथे जाके लेता तेनू किथे लेके गया। नथाने लेके गया जी। नथाने अच्छा कादे ते लेके गया तेनू फिर मोटर छैं करते। अच्छा तो फिर पढ़े लिखे हैं कहना पढ़ा है। अनपढ़ है जी। गुठा लौनी है। हाँ गुठा लौनी है। शुरू तो ही। हाँ स्कूल गई नहीं। ना जमी नहीं गई। ठीक है ते फिर उठे ते थो ने मकते आना मकी गए के लिया फिर कुछ नहीं पूछा मैं थो वहाँ फोटो लहा ली कर ली। अच्छा साइन गुठे कर ले वो दे हो के गुठे लवाते। अच्छा ते फिर वो दोबारा की हुआ फिर ਉਦੋਂ ਬਾਅਦ ਹੌਲੀ ਹੌਲੀ ਸਾਨੂੰ ਜਦੋਂ ਇਹਦੇ ਪਿਓ ਦੀ ਡੈਥ ਹੋ ਗਈ ਉਦੋਂ ਅਸੀਂ ਇਹਦੀ ਜ਼ਮੀਨ ਦਾ ਪਤਾ ਕਰਦੇ ਸੀਗੇ। ਜਦੋਂ ਇਹ ਰੌਲਾ ਪਿਆ ਹੈ ਉਦੋਂ ਤੁਹਾਡੇ ਘਰ ਵਾਲਾ ਜਿਹੜਾ ਤੁਹਾਡਾ ਪਤੀ ਸੀਗਾ ਉਹ ਜਿਉਂਦਾ ਸੀਗਾ। ਉਦੋਂ ਤਾਂ ਜਿਉਂਦਾ ਸੀਗਾ ਜਦੋਂ ਕਰਾਈਏ ਉਹਨੇ ਮੁਖਤਿਆਰਨਾਮਾ ਲਿਆ। ਅੱਛਾ ਠੀਕ ਹੈ ਤੇ ਮਗਰੋਂ ਡੈਥ ਹੋ ਗਈ ਜਦੋਂ ਉਹਦੀ ਫਿਰ ਸਾਨੂੰ ਪਤਾ ਲੱਗਿਆ ਜਦੋਂ ਇਹਦੀ ਜ਼ਮੀਨ ਕਰਾਉਂਦੇ ਸੀ ਅਸੀਂ ਤੇ ਉਦੋਂ ਵੀ ਇਹਨੂੰ ਲਈ ਫਿਰਿਆ ਸਨ ਤਾਂ ਉਦੋਂ ਵੀ ਠੱਗੀ ਮਰ ਗਈ ਸਾਡੇ ਨਾਲ। ਅੱਛਾ ਹਾਂ ਉਹ ਕਿਵੇਂ ਉਦੋਂ ਵੀ ਮੁੰਡੇ ਨੂੰ ਲੈ ਕੇ ਮੋਟਰ ਸਾਈਕਲ ਤੇ ਕੇ ਇਹਦੇ ਨਾਂ ਕਰਾਉਣਾ ਉਦੋਂ ਵੀ ਤੜਾਉਂਦਾ ਫਿਰਦਾ ਸੀ। ਅੱਛਾ ਫਿਰ ਸਾਨੂੰ ਮਾੜਾ ਮਾੜਾ ਪਤਾ ਲੱਗਿਆ ਫਿਰ ਹੌਲੀ ਹੌਲੀ ਜਦੋਂ ਇੰਤਕਾਲ ਚੜਾਉਣਾ ਹੀ ਫਿਰ ਪਤਾ ਲੱਗਿਆ। ਅੱਛਾ ਵੀ ਤੇਰੀ ਵੀ ਜ਼ਮੀਨ ਤਾਂ ਲੈ ਗਿਆ ਉਹ फिर पता लग गया सानू। फिर दोबारा की कीता फिर तुसी फिर अच्छी ओथे नथाने गए भी अच्छी तो मगते भगवान दित्ता। फिर भी फिर जदों ठगी बच गई ओदू बाद फिर तेनू ठगी दा तां पता लग गया भी साडे ने ठगी बच गई इंतकाल वेले तेनू पता लग गया रौला पै गया होगा है ना फिर भजदा ही हैगा। फिर तुसी कित्थे तक पहुंच कीती किसे अफसर उफसर नू वगैरा नू मिले अच्छी अर्जी दे के आए बठिंडे। अच्छा क्यों एसएसपी साहब नू। हां फिर की होया अर्जी तो बाद
ਉਹਨੇ ਪਰਚਾ ਕਰਤਾ ਅੱਛਾ ਤੇ ਕੋਈ ਫੜਿਆ ਨਹੀਂ ਕੋਈ ਕੁਛ ਨਹੀਂ ਕਰਿਆ ਅੰਦਾਜ਼ਾ ਵੀ ਕਿੰਨਾ ਚਿਰ ਹੋ ਗਿਆ ਪਰਚਾ ਦਿੱਤੇ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਕਿਹੜੇ ਕਿਹੜੇ ਬੰਦੇ ਸੀ ਪਰਚੇ ਚ ਪੋਲਾ ਨਿਰਮਲ ਤੇ ਨਿਰਮਲ ਦੇ ਘਰ ਵਾਲੀ ਤੇ ਪੋਲੇ ਦੀ ਨੂੰ ਰਮਨਦੀਪ ਤੇ ਮਹਾਰਾਜ ਵਾਲੀ ਕੁੜਮਣੀ ਉਹਦੀ ਚਰਨਜੀਤ ਅੱਛਾ ਹੋਰ ਵੀ ਕੋਈ ਹੈਗਾ ਹਾਂ ਉਹ ਬਾਨਾ ਸੀਗਾ ਜਿਹੜੇ ਨੇ ਮੁਖਤਿਆਰਨਾ ਕਰਾਇਆ ਸੀ ਵਿੱਚ ਆ ਕੇ ਅੱਛਾ ਠੀਕ ਹੈ ਤੇ ਬੇਬੇ ਜ਼ਮੀਨ ਕਿੱਥੇ ਕਿੱਥੇ ਹੈ ਤੇਰੀ ਚੰਡੂ ਕੀ ਹੈ ਜੀ ਕਿੰਨੀ ਹੈ ਜ਼ਮੀਨ ਚੰਡੂ ਕੀ 3 ਕਿੱਲੇ ਉਹ ਹੁਣ ਤੇਰੇ ਨਾਂ ਕੀ ਹਾਂ ਤੇ ਕਬਜ਼ਾ ਕੀਦਾ ਉਹਦੇ ਤੇ ਹੁਣ ਮੇਰਾ ਕਬਜ਼ਾ ਜੀ ਅੱਛਾ ਉਹਨੂੰ ਫਿਰ ਤੁਸੀਂ ਆਪ ਬਣਾਉਨੇ ਹੋ ਕਿ ਠੇਕੇ ਠੂਕੇ ਨਹੀਂ ਠੇਕੇ ਤੇ ਦਿੰਨੇ ਆ ਅਸੀਂ ਜੀ ਇਹਨੂੰ ਦਿੱਤੀ ਹੋਈ ਠੇਕੇ ਤੇ ਹੁਣ ਅਸੀਂ ਦਿੱਤੀ ਹੈਗੀ ਨੈਬੇ ਨੂੰ ਅੱਛਾ ਨੈਬੇ ਦੇ ਪਿਓ ਦਾ ਨਾਮ ਕੀ ਹੈਗਾ ਮਹਿੰਗਾ ਮਹਿੰਗਾ ਅੱਛਾ ਉਹ 3 ਕਿੱਲੇ ਉੱਥੇ ਆ ਹਾਂ ਤੇ ਬਾਕੀ ਜ਼ਮੀਨ ਕਿੱਥੇ ਬੇਬੇ ਬਾਕੀ ਕਿਥਨ ਪਰੇ ਹੈ ਅੱਛਾ ਕਿਸ਼ਨਪੁਰਾ ਹਾਂ ਨਾਲੀ ਹੈ ਚੰਡੂ ਕਹਿੰਦੇ ਚੰਡੂ ਕਹਿੰਦੇ ਨਾਲੀ ਹੂੰ ਅੱਛਾ ਉੱਥੇ ਕਿੰਨੀ ਜ਼ਮੀਨ ਹੈ ਬੇਬੇ ਉੱਥੇ 9 ਕਿੱਲੇ ਹੈ 9 ਕਿੱਲੇ ਆ ਉਹਦਾ ਕਬਜ਼ਾ ਵੀ ਤੇਰੇ ਕੋਲੇ ਹੀ ਹੈ ਹਾਂ ਉਹ ਵੀ ਸਾਡੇ ਕੋਲੇ ਹੈ ਤੇ ਜਮਾ ਬੰਦੀਆਂ ਉਹ ਤੇਰੇ ਨਾਲ ਹੀ ਬੋਲਦੀਆਂ ਹਾਂ ਅੱਛਾ ਸਟੇ ਵੀ ਮੈਨੂੰ ਮਿਲੀ ਹੈ ਜੀ ਸਟੇ ਵੀ ਮਿਲੀ ਵੀ ਹੈ ਕੋਰਟ ਚੋਂ ਦੋਨੋਂ ਥਾਣਾਂ ਦੀ ਸਟੇ ਮਿਲੀ ਹੈ ਮੈਨੂੰ ਅੱਛਾ ਹੂੰ ਤੇ ਫਿਰ ਵੀ ਹੁਣ ਰੌਲਾ ਕੀ ਹੈਗਾ ਮੇਨ ਰੌਲਾ ਹੁਣ ਇਸ ਵੇਲੇ ਕੀ ਰੌਲਾ ਚੱਲਦਾ ਹੈਗਾ ਹੁਣ ਉਹ ਕਣਕ ਵੱਢ ਲਈ ਜੀ ਠੇਕੇ ਵਾਲਿਆਂ ਨੇ ਅੱਛਾ ਬੇਬੇ ਤੁਸੀਂ ਉੱਥੇ ਝੰਡੂ ਕੇ ਨਰਮਾ ਵੀ ਜੇ ਸੀ ਹਾਂ ਨਰਮਾ ਵੀ ਜੇ ਹੀ ਅੱਛਾ ਤੇ ਚੁਗਿਆ ਕੀ ਨਹੀਂ ਹੈ ਬੇਬੇ ਉਹ ਨਰਮਾ ਅਸੀਂ ਚੁਗਿਆ ਜੀ ਉੱਥੇ ਲੜਾਈ ਪੜਾਈ ਹੋ ਗਈ ਸੀ ਬਹੁਤ ਅੱਛਾ ਕੁੱਟ ਮਟੀ ਰਿਹਾ ਤੁਹਾਨੂੰ ਕੁੱਟਿਆ ਵੀ ਬਹੁਤ ਅੱਛਾ ਕਿਹਨੂੰ ਕਿਹਨੂੰ ਕੁੱਟਿਆ ਤੁਹਾਨੂੰ ਮੇਰੀ ਨੂੰਹ ਨੂੰ ਤੇ ਮੈਨੂੰ ਅੱਛਾ ਕੋਈ ਤੁਸੀਂ ਵੀਡੀਓ ਵਗੈਰਾ ਬਣਾਈ ਉਹ ਮੋਬਾਈਲ ਖੋ ਕੇ ਲੈ ਗਏ ਜੀ ਵੀਡੀਓ ਕੇ ਥੋੜ ਨਾ ਗਿਆ ਅੱਛਾ ਮੋਬਾਈਲ ਖੋ ਕੇ ਲੈ ਗਏ ਹੋਰ ਵੀ ਕੁਝ ਨਹੀਂ ਚੈਨੀ ਲੈ ਗਏ ਢੂੜ ਤੋਲੇ ਦੀ ਅੱਛਾ ਨਾਲੇ ਚੈਨੀ ਲੈ ਗਏ ਹਾਂ ਠੀਕ ਹੈ ਜੀ ਫਿਰ ਤੁਸੀਂ ਦਾਖਲ ਵਗੈਰਾ ਹੋਏ ਹਾਂ ਦਾਖਲ ਵਗੈਰਾ ਹੋਈ ਸੀ ਹਾਂ ਪਰਚਾ ਵਗੈਰਾ ਦਰਜ ਹੋਇਆ ਕੋਈ ਕਰ ਹਾਂ ਪਰਚਾ ਹੋਇਆ ਸੀ ਕਿੰਨਾ ਕਿੰਨਾ ਤੇ ਪਰਚਾ ਹੋਇਆ ਹੋ ਗਿਆ ਭੋਲਾ ਸੀ ਨਿਰਮਲ ਤੇ ਭੋਲੇ ਦੇ ਦੋ ਸਾਲੇ ਤੇ ਭਿੰਦਰ ਕੋਈ ਬੰਦਾ ਫੜਿਆ ਜਿਹਦੇ ਪਰਚੇ ਹੋਏ ਸੀ ਕੋਈ ਨਹੀਂ ਫੜਿਆ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਕਣਕ ਬੀਜੀ ਹਾਂ ਬਜਾਈ ਸੀ ਅਸੀਂ ਕਿਹਨੂੰ ਬਜਾਦੇ ਠੇਕੇ ਤੇ ਠੇਕੇ ਤੇ ਕਿਹਨੂੰ ਦੇਤੀ ਸੀ ਠੇਕੇ ਤੇ ਨੈਬੇ ਨੂੰ ਨੈਬੇ ਨੂੰ ਕੀ ਦੇ ਮੁੰਡੇ ਨੂੰ ਮਹਿੰਗਲ ਦੇ ਨੂੰ ਚੰਡੂ ਕਹਿੰਦੇ ਨੂੰ ਹਾਂ ਚੰਡੂ ਕਹਿੰਦੇ ਨੂੰ ਠੀਕ ਤੁਹਾਨੂੰ ਜਿਹੜਾ ਨਰਮੇ ਦਾ ਮੁਆਵਜ਼ਾ ਤੁਹਾਡੇ ਖਾਤੇ ਚ ਆਇਆ ਹਾਂ ਆਇਆ ਦੱਸਣ ਵੇਲੇ ਆਇਆ ਮਾਤਾ ਦੱਸਣ ਵਿੱਚ ਆਇਆ ਤੁਹਾਡੇ ਤੇ ਵੀ ਕੋਈ ਨਰਮੇ ਵੇਲੇ ਪਰਚਾ ਦਰਜ ਹੋਇਆ ਤੁਹਾਡੇ ਤੇ ਵੀ ਕੋਈ ਹਾਂ ਹੋਇਆ ਸੀ ਕਾਹਦਾ ਹੋਇਆ ਪਰਚਾ ਦਰਜ ਉਹ ਉਹਨੇ ਨਿਰਮਲ ਨੇ ਫਾਇਲ ਮਾਰ ਕੇ ਆਪ ਹੀ ਕਹਿਤਾ ਬੁੱਢੀ ਨੇ ਮਾਰਤਾ ਅੱਛਾ ਵੀ ਤੁਹਾਡਾ ਨਾਲ ਲੈਤਾ ਜੀ ਹਾਂ ਵੀ ਤੁਸੀਂ ਫਾਇਲ ਮਾਰਤਾ ਹਾਂ ਅੱਛਾ ਬੇਬੇ ਤੂੰ ਮਸਤਾਵਾ ਚਲਾ ਲੈਣੀ ਹੈ ਕਿੱਥੇ ਚਲਾ ਲੈਣੀ ਰੋਟੀ ਨਾ ਰੋਟੀ ਪੱਕੇ ਕੁਛ ਨੀ ਹੁੰਦਾ ਬਸ ਇੱਥੇ ਬੈਠੀ ਰਹਿੰਦੀ ਹਾਂ ਮੈਂ ਤਾਂ ਪਤਾ ਲੱਗਾ ਕਹਿੰਦੇ ਵੀ ਬੇਬੇ ਨੇ ਤਾਂ ਕਹਿੰਦੇ 20 ਬੰਦੇ ਕੁੱਟ ਤੇ ਕੱਲੀ ਨੇ ਹਾਂ ਕਿ ਕੁੱਟ ਦਿੰਨੀ ਹੈ ਉਹ ਫਾਖੀ ਜਾਣ ਜੀ ਹੁਣ ਪਰਚਾ ਕਰਾਉਣ ਲੱਗੇ ਅੱਛਾ ਤੇ ਫਿਰ ਬੇਬੇ ਸਾਨੂੰ ਪੁਲਿਸ ਨੇ ਫੜਿਆ ਵੀ ਹੈ ਪੁਲਿਸ ਫੜਦਾ ਆਈ ਫਿਰ ਸਾਨੂੰ ਜਦੋਂ ਪਰਚਾ ਹੋਇਆ ਤੁਹਾਡੇ ਤੇ ਹਾਂ ਆਈ ਸੀ ਫਿਰ ਕਿਵੇਂ ਬੱਚੇ ਬਚਾ ਹੋਇਆ ਬਸ ਬਚਾ ਹੋ ਗਿਆ ਤੁਸੀਂ ਕੁਛ ਦਿੱਤਾ ਕਰਿਆ ਪੁਲਿਸ ਨੂੰ ਜਾਂ ਕੋਈ ਹੋਰ ਪੁਲਿਸ ਖਾਈ ਜਾਂਦੀ ਹੈ ਚੱਤ ਫਿਰ ਪੈਸੇ ਲੈ ਜਾਂਦੇ ਹਾਂ ਪੈਸੇ ਲੈ ਜਾਂਦੇ ਆ ਤੁਸੀਂ ਕੋਈ ਦਰਖਾਸਤ ਦਿੱਤੀ ਵੀ ਸਾਡਾ ਜਿਹੜਾ ਪਰਚਾ ਝੂਠਾ ਹੋਇਆ ਹਾਂ ਉਹ ਵੀ ਦਿੱਤੀ ਅਸੀਂ ਫਿਰ ਉਹਦੇ ਪਰਚੇ ਦੀ ਇਨਕੁਆਇਰੀ ਹੋਈ ਕੋਈ ਕੈਂਸਲ ਵਗੈਰਾ ਕੀਤਾ ਨਾ ਕੋਈ ਕਰਿਆ ਨਹੀਂ ਕਰਿਆ ਨਹੀਂ ਨਾ ਉਸ ਤੋਂ ਬਾਅਦ ਤੁਸੀਂ ਆਪਣੀ ਉੱਥੇ ਜ਼ਮੀਨ ਆ ਜਿਹੜੀ ਝੰਡੂਕੇ ਵਾਲੀ ਉਹ ਕਿੰਨਾ ਨੂੰ ਦੇਤੀ ਉਹ ਦੇਤੀ ਸੀ ਨੈਬੇ ਨੂੰ ਉਹਨਾਂ ਨੇ ਕਣਕ ਬੀਜਦੀ ਉੱਥੇ ਹਾਂ ਕਣਕ ਬੀਜੀ ਸੀ ਹੁਣ ਰੌਲਾ ਕੀ ਹੋਇਆ ਹੁਣ ਜਿਹੜਾ ਪਿਛਲੇ ਕਣਕ ਦਾ ਰੌਲਾ ਹੋਇਆ ਹੈਗਾ ਤੁਹਾਨੂੰ ਪਤਾ ਲੱਗਿਆ ਹੁਣ ਕਹਿੰਦੇ ਕਿ ਕਣਕ ਵੱਢ ਲਈ ਕਿ ਉਹਨੇ ਰਾਤ ਨੂੰ ਕਣਕ ਤਾਂ ਉਹਨੇ ਜਦੋਂ ਬੀਜੀ ਸੀ ਵੱਢਣੀ ਸੀ ਠੀਕ ਆ ਉਹਦੇ ਵਿੱਚ ਕੋਈ ਤੁਹਾਡੇ ਤੇ ਪਰਚਾ ਵਗੈਰਾ ਵੀ ਦਰਜ ਹੋਇਆ ਹਾਂ ਪਰਚਾ ਹੋਇਆ ਜੀ ਪੁਲਿਸ ਤੁਹਾਨੂੰ ਕੋਈ ਫੜਨ ਆਈ ਕਰੇ ਫੜਦੀ ਪੁਲਿਸ ਬਹੁਤ ਗੇੜੇ ਮਾਰਦੀ ਆ ਹਾਂ ਬਹੁਤ ਮਾਰਦੀ ਆ ਮਗਰ ਵੀ ਜਾਂਦੀ ਆ ਸਾਰੇ ਕੋਈ ਸੋ ਤੋਂ ਡਿਮਾਂਡ ਰੱਖਦੇ ਆ ਕੋਈ ਕੁਝ ਮੰਗਦੇ ਆ ਤੁਹਾਡੇ ਤੋਂ ਪੁਲਿਸ ਵਾਲੇ ਪੁਲਿਸ ਵਾਲੇ ਮੰਗਦੇ ਹੀ ਆ ਫਿਰ
पैसे की मंग करते पैसा पहला भी तुसी कुरसन बहुत दे चुके हाँ बहुत दिता जी सन पढ़ते थे कौन पढ़ते सी पुलिस वाले मेरे मिल चुका थी हौली खड़के लावांगे जिन्ना चिर थानू कोई दसणगे भी कोई देणगे भी भाई तुसी ठीक हो हुण थोड़े परचे ठीक हैगे भी जाओ साढ़े फेसबुक पेज और यूट्यूब चैनल पंज पाणी टीवी दे नाल जरूर जुड़ो ताकि साढ़े द्वारा पाई गई वीडियो थोड़े तक सब तो पहला पहुँच सकन।